ਇਹ 22 ਅਲਤਾਫ 73 WB ਦੇ ਨੰਬਰ ਆਈ ਕੋਈ ਅਲਤਾਫ 0301 ਬੋਲ ਬੋਲ ਅਗਾ 0301 6673763। ਹੈਲੋ ਅਸਲਾਮ ਵਾਲੇਕੁਮ, ਮੈਂ ਤੁਹਾਡਾ ਭਾਈ ਮੁਹੰਮਦ ਆਸਫ, ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਮਆਸਫ.ਵਿਲੇ। ਜਨਾਬ ਨਾ ਅਸਾਂ ਅੱਜ ਤੁਹਾਡੇ ਸਾਹਮਣੇ ਜਾਨਵਰ ਖਲੋਤਾ ਆ, ਇਹਨੂੰ ਨਾ ਚੱਕ ਕੇ ਛੱਡਣ ਚੱਲੇ ਹਾਂ ਜਾਲੀਆਂ ਦੇ ਕੋਲ। ਸਮਝਦਾਰ ਬੰਦੇ ਹੋ, ਤੁਹਾਨੂੰ ਹਰ ਗੱਲ ਦਾ ਪਤਾ ਵੀ ਕਿਸ ਵਾਸਤੇ ਇਹਨੂੰ ਛੱਡਣ ਚੱਲਾ। ਇਹ ਵੇਖੋ ਆਪਣਾ ਜਾਨਵਰ, ਇੱਧਰ ਵਿਖਾ ਹੈ ਉਰਾ ਲਿਆ। ਠੀਕ ਹੈ, ਇਸ ਜਾਨਵਰ ਨੂੰ ਨਾ ਜਾਲੀਆਂ ਦੇ ਵਿੱਚ ਰਲਾਉਣ ਚੱਲਾਂ ਬੱਕਰੀ। ਠੀਕ ਹੈ, ਅਤੇ ਸੁਬਹਾ ਦਾ ਟਾਈਮ ਹੈ ਬਿਲਕੁਲ। ਇਸ ਜਾਨਵਰ ਨੂੰ ਚੈੱਕ ਕਰੋ ਵੀ ਕਿਸ ਤਰ੍ਹਾਂ ਦਾ, ਮਾਸ਼ਾਅੱਲਾ ਜਾਨਵਰ। ਠੀਕ ਹੈ, ਵੇਖਦੇ ਪਿਓ ਆਪਣਾ ਜਾਨਵਰ। ਠੀਕ ਹੈ, ਅਤੇ ਫਿਰ ਤੁਹਾਨੂੰ ਉੱਥੇ ਤੋਂ ਵਿਜ਼ਿਟ ਕਰਵਾਵਾਂਗੇ ਪਿੰਡਦਾਰੀ ਦਾ। ਠੀਕ ਹੈ, ਅਤੇ ਜਾਨਵਰ ਹੁਣ ਛੱਡ ਤੇ ਲੈ ਆਵਾਂਗੇ, ਅਤੇ ਨਾਲੇ ਉੱਥੋਂ ਤੋਂ ਤੁਹਾਨੂੰ ਮਾਲ ਵੀ ਵਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਮਾਲ ਹੈ। ਅਤੇ ਫਿਰ ਉਹਨਾਂ ਇੱਕ ਪਾਲਤੂ ਬੱਕਰੇ ਵੀ ਰੱਖੇ ਨੇ, ਤੁਹਾਨੂੰ ਉਹਦੀ ਵੀ ਵੀਡੀਓ ਵਿਖਾਵਾਂਗੇ। ਠੀਕ ਹੈ, ਜਿਵੇਂ ਕਹਿੰਦੇ ਨਾ ਬਸ ਸਮੁੰਦਰ ਦੇ ਵਿੱਚ ਕੱਟਾ ਵੜ ਜਾਵੇ ਤੁਹਾਨੂੰ ਕੱਢਣਾ ਬੜਾ ਔਖਾ ਹੁੰਦਾ। ਇਸੇ ਤਰੀਕੇ ਜਿਹੜੇ ਸਾਡੇ ਜੱਟਾਂ ਦੇ ਕੰਮ ਹੁੰਦੇ ਨੇ, ਮੁੱਕਦੇ ਵੀ ਕੋਈ ਨਹੀਂ, ਇਹਨਾਂ ਦੇ ਨਾਲ ਜਿਹੜਾ ਮੁਕਾਬਲਾ ਕਰਨਾ ਪੈਂਦਾ। ਠੀਕ ਹੈ, ਅਤੇ ਸਾਡੀ ਜਿਹੜੀ ਨਾ ਇਹ ਸਾਲ ਹਕੂਮਤ ਦੇ ਬਾਰੇ, ਉਹ ਤਾਂ ਤੁਹਾਨੂੰ ਸਾਰਿਆਂ ਜੱਟਾਂ ਨੂੰ ਵੀ ਪਤਾ ਵੀ ਹਕੂਮਤ ਇਸ ਵਾਰੀ ਕਿਸਾਨਾਂ ਦੇ ਉੱਤੇ ਨਾ ਫਿਕਸ ਹੋਈ ਖਲੋਤੀ ਹੈ। ਉਹ ਆਦਨੇ ਇਹ ਤਾਂ ਆਪਣੇ ਬੰਦੇ ਹੀ ਨੇ, ਇਹ ਆਪਣੇ ਮੁਲਕ ਦੇ ਪਸ਼ੀਂਦੇ ਹੀ ਕੋਈ ਨਹੀਂ। ਠੀਕ ਹੈ, ਆਤੂ ਹਾਲਾਂਕਿ ਜ਼ਰਾਈ ਕਲਚਰ ਦਾ ਹਿੱਸਾ ਨੇ, ਕਿਸਾਨ ਹੀ ਦੇ ਉੱਤੇ ਮੁਲਕ ਚੱਲਦਾ, ਉਹ ਤਾਂ ਐਕਸੈਪਟ ਹੀ ਨਹੀਂ ਕਰਦੇ। ਉਹ ਆਦਨੇ ਸਾਡਾ ਤਾਂ ਆਨੰਦ ਨਾ ਲੈਣ ਦੇਣ ਹੀ ਕੋਈ ਨਹੀਂ, ਇਹ ਤਾਂ ਹੈ ਨਹੀਂ ਕੋਈ ਨਾ। ਮਕਈ ਹੈ ਤੁੰਦਾ ਰੇਟ ਘੱਟ ਹੈ, ਕਣਕ ਤੁੰਦਾ ਰੇਟ ਘੱਟ ਹੈ। ਠੀਕ ਹੈ, ਉਹਦੇ ਤੋਂ ਬਾਵਜੂਦ ਤੁਸੀਂ ਕਪਾਹ ਕਪੂ ਲਾ ਲਵੋ ਤਾਂ ਹੁਣ ਤੱਕ ਰੂਈਆਂ ਦਾ ਵੀ ਰੇਟ ਘੱਟ ਰਿਹਾ। ਜਿਨ੍ਹਾਂ ਜਿੱਤਣ ਤੱਕ ਨਵਾਜ਼ ਸ਼ਰੀਫ ਦੀ ਹਕੂਮਤ ਹੈ ਨਾ, ਉਹ ਐਕਸੈਪਟ ਹੀ ਨਹੀਂ ਕਰਦੀ, ਉਹ ਇਨਸਾਨੀਅਤ ਹੀ ਨਹੀਂ ਦਿੰਦੀ। ਅਤੇ ਤੁਹਾਨੂੰ ਆ ਜਾਨਵਰ ਵੀ ਖਾਂਦੇ ਹਾਂ, ਇੱਥੇ ਮੈਂ ਪਿੰਡ 'ਚ ਆਇਆ ਹਾਂ, ਹੋਰ ਤਾਂ ਸਾਡੇ ਕੋਲ ਰਹਿ ਕੁਝ ਨਹੀਂ ਗਿਆ, ਤਾਂ ਜਾਨਵਰ ਹੀ ਰਹਿ ਗਏ ਨੇ ਕੁਝ, ਮੈਂ ਇੱਥੇ ਛੱਡਣ ਆਇਆ ਜਾਨਵਰ, ਅਤੇ ਤੁਹਾਨੂੰ ਉਹ ਵਿਜ਼ਿਟ ਕਰਵਾਉਂਦੇ ਹਾਂ। ਅਤੇ ਵੇਖੋ ਆਹ ਜ਼ਮੀਨਾਂ ਅਜੇ ਤੱਕ ਖਾਲੀ ਪਈਆਂ ਹੋਈਆਂ ਨੇ। ਠੀਕ ਹੈ, ਇਹ ਹਾਲਾਤ ਨੇ ਇਹਨਾਂ ਦੀ ਹਕੂਮਤ ਦੇ, ਕੋਈ ਬੰਦਾ ਕੋਈ ਚੀਜ਼ ਕੱਢ ਹੀ ਨਹੀਂ ਸਕਦਾ, ਅੱਗੇ ਬੰਦੇ ਤੇਲ ਵਗੈਰਾ ਗੱਲ ਲੈਂਦੇ ਨੇ, ਖਰਚੇ ਤੋਂ ਤੰਗ ਹੋਏ ਪਏ ਨੇ, ਖਰਚੇ ਤੋਂ ਇਤਨੇ ਤੰਗ ਹੋਏ ਪਏ ਨੇ ਵੀ ਤੁਹਾਡੀ ਸੋਚਣ ਨਾਲ ਬੜੀ ਮਜਬੂਰੀ ਬਣ ਗਿਆ ਸੀ ਵੀ ਜਿਹੜੀ ਕਣਕ ਛਿਣਕ ਉਹ ਤੋਂ ਘਰ ਪਈ ਹੈ, ਬਿੱਲ ਜਿਹੜੇ ਮਾਸ਼ਾਅੱਲਾ ਉਹ ਮੋੜ ਨਾ ਤੁਣ ਤੇ ਗਲਦੇ ਨੇ। ਉਹ ਇਹ ਆਖਦੇ ਨੇ ਵੀ ਜਿਹੜਾ ਇਹਨਾਂ ਦੇ ਕੋਲ ਮਾਲੂ ਹੈ ਜਾਂ ਇਹਨਾਂ ਦੇ ਕੋਲ ਪੈਸਾ ਪਾ ਆਏ, ਉਹ ਹਕੂਮਤ ਨੂੰ ਦੇਣ ਅਤੇ ਸਿਗੜੀਆਂ ਚਾਹ ਅਤੇ ਸੜਕ 'ਤੇ ਪੀਨਣ, ਇਹ ਸਾਡੀ ਹਕੂਮਤ ਦੀ ਸੋਚ। ਅਗਰ ਜੀਓ ਜੀ ਮੁੜੇ ਇਸ ਤਰ੍ਹਾਂ ਦੀ ਹਕੂਮਤ ਦੀ ਸੋਚ ਹੋਵੇ ਤਾਂ ਮੁੜ ਉਸ ਤਰ੍ਹਾਂ ਦੇ ਜਿਹੜੀ ਹਕੂਮਤ ਕਰਨ ਆ ਰਹੇ ਉਹ ਵੀ ਪੀਂਦੇ ਨੇ ਪੈਂਦੇ ਚੁੱਡ। ਠੀਕ ਹੈ, ਹਯਾ ਹੀ ਕੋਈ ਨਹੀਂ, ਇਹਨਾਂ ਨੂੰ ਸ਼ਰਮ ਹੀ ਕੋਈ ਨਹੀਂ, ਨੱਬੇ ਕੁਰਸੀਆਂ 'ਤੇ ਬਹਿ ਜਾਂਦੇ ਨੇ ਉਹਦੇ ਬਾਵਜੂਦ ਵੀ ਇਹ। ਅਤੇ ਤੁਹਾਨੂੰ ਇਹ ਵਿਜ਼ਿਟ ਕਰਵਾਉਂਦੇ ਪਏ ਆ ਵੀ ਠੀਕ ਹੈ, ਬਸ ਜ਼ਮੀਨਾਂ ਵੇਖੋ ਖਾਲੀ ਕਿਸ ਤਰੀਕੇ ਛੁੱਟੀਆਂ ਹੋਈਆਂ ਨੇ। ਠੀਕ ਹੈ, ਅਤੇ ਮਕਈ ਹੈ ਅਤੇ ਮਕਈ ਦਾ ਕੋਈ ਨਹੀਂ ਪਤਾ ਵੀ ਲੱਗਣਾ ਵੀ ਮਕਈ ਦਾ ਵੀ ਧੱਕ ਲੱਗ ਜਾਣਾ ਜਾਂ ਬਚੀ ਹੈ, ਕਿਉਂਕਿ ਤੀਸਰਾ ਹੀ ਆ ਨਾ ਫਸਲ, ਤੀਸਰੀ ਫਸਲ ਦੀ ਸਾਨੂੰ ਸਮਝ ਹੀ ਕੋਈ ਨਹੀਂ ਹੁੰਦੀ ਪਈ
ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਇਹ ਤੀਸਰੀ ਫਸਲ ਹੈ, ਤੀਸਰੀ ਫਸਲ ਹੁਣ ਚੌਥੀ ਤਾਂ ਮਕਈ ਆ ਜਾਣਾ ਜੀ, ਤੇਈ ਹਾਲਾਤ ਕੀਤੇ ਉਹਨੇ ਅਤੇ ਹੁਣ ਦੱਸ ਜ਼ਰਾਤ ਨੂੰ ਕੋਈ ਪੇਸ਼ਾ ਅਪਣਾਏ ਦਾ, ਠੀਕ ਹੈ ਫਿਰ ਜ਼ਰਾਤ ਨੂੰ ਨਾ ਹੋਇਆ ਤਾਂ ਸਬਜ਼ੀਆਂ 'ਤੇ ਆ ਜਾਣ ਦੇ। ਕਿਸਾਨ ਨੂੰ ਇੰਨਾ ਮਾਰ ਦੇਣੀ ਹੈ ਕਿਉਂਕਿ ਇਹਨਾਂ ਦਾ ਇਹ ਦੇ ਵੀ ਕਿਸਾਨ ਨਾ ਇਹ ਇਨਸਾਨੀਅਤ ਵਿੱਚ ਕੋਈ ਨਹੀਂ ਅਤੇ ਅਸੀਂ ਇਹਨਾਂ ਨੂੰ ਐਕਸੈਪਟ ਹੀ ਨਹੀਂ ਕਰਦੇ। ਬੰਦਾ ਦਿਲ ਕਰਦਾ ਵੀ ਦੋ ਗੱਟੇ ਲੈ ਆਉਣੀ ਨਾਂਦੇ ਜਿਹੜੇ ਕੁਰਸੀਆਂ ਦੇ ਉੱਤੇ ਬੈਠੇ ਨੇ ਵੱਡੇ ਸ਼ਬਾਜ਼ਿਤ ਨਵਾਜ਼ੀ ਨੂੰ, ਅਗਾਂਹ ਟਪਾਏ ਆਉਣ ਤਾਂ ਜਾਣ ਜਿੰਨਾ ਤਲ ਫਿਰਦੋਸ ਜਗ੍ਹਾ ਉੱਤੇ ਫਰਿਸ਼ਤੇ ਵੀ ਇਹਨਾਂ ਨੂੰ ਪੁੱਛਣ ਵੀ ਕਿਹੜੀ ਸਾਈਡ 'ਤੇ ਆਏ ਆ। ਬਾਈ ਇਹ ਬਾਈ ਅਲਤਾਫ ਦਾ ਬੱਕਰਾ ਵੇਖੋ, ਵਿਜ਼ਿਟ ਕਰੋ ਤੁਸੀਂ, ਮਾਸ਼ਾਅੱਲਾ ਮੈਨੂੰ ਤਾਂ ਬੜਾ ਪਿਆਰਾ ਲੱਗਾ, ਠੀਕ ਹੈ ਮੈਂ ਰਿਵਿਊ ਲੈ ਰਿਹਾ ਤੁਹਾਡੇ ਸਾਹਮਣੇ ਰੱਖ ਰਿਹਾ ਅਤੇ ਇਹਨਾਂ ਇੱਕ ਕੁਰਬਾਨੀ ਤਾਂ ਫਰੋਖਤ ਕਰਨਾ, ਠੀਕ ਹੈ ਐਨਟੋਰੀ ਅਲਤਾਫ ਹੈ ਸਾਈਡ ਦਾ ਬੱਕਰਾ। ਨਾ ਨਹੀਂ ਤੂੰ ਇੱਕ ਵਾਰੀ ਟੋਰੀ ਨਾ ਬੱਕਰੇ ਨੂੰ, ਇਹ ਸਾਈਡ 'ਤੇ ਇਹ ਸਾਈਡ 'ਤੇ ਆਪ ਦਰਵਾਜ਼ਾ ਖੋਲ ਤਾਂ ਇਹ ਸਾਈਡ 'ਤੇ ਅੰਦਰ ਟੋਰਨਾ, ਉਹਦੇ ਨਾਲ ਜਾ ਉਹਦੇ ਸਾਇਆ ਹੈ। ਇਹ ਵੇਖ ਰਹੇ ਹੋ ਮਾਸ਼ਾਅੱਲਾ ਬੱਕਰੇ ਦਾ ਹੱਦ ਕਾਠ ਲੰਬਾਈ, ਠੀਕ ਹੈ ਇਹ ਜਾਨਵਰ ਨੂੰ ਵੇਖੋ, ਠੀਕ ਹੈ ਇਹਨਾਂ ਮਾਸ਼ਾਅੱਲਾ ਕੁਰਬਾਨੀ ਦੇ ਉੱਤੇ ਕੁਰਬਾਨੀ ਤਾਂ ਕਰਨਾ ਹੈ ਨਾ ਫਰੋਖਤ, ਅਤੇ ਇਹਦੇ ਨਾਲ ਇੱਕ ਦੂਸਰਾ ਜੋੜਾ ਵੀ ਸੀ ਮਾਸ਼ਾਅੱਲਾ। ਮੈਨੂੰ ਤਾਂ ਬੜਾ ਕਹਿੰਦੇ ਰਹੇ ਸੀ ਕਿ ਬਈ ਤੂੰ ਵਿਜ਼ਿਟ ਕਰ ਲਾ, ਲੇਕਿਨ ਮੈਂ ਨਹੀਂ ਕਰ ਸਕਿਆ ਤਾਂ ਉਹ ਜਾਨਵਰ ਹਲਾਲ ਹੋ ਗਿਆ। ਮਾਸ਼ਾਅੱਲਾ ਇਹ ਨਸੀਬ ਹੋਵੇ ਇਹਨਾਂ ਦੇ ਅਤੇ ਇਹਨਾਂ ਦੀ ਉਹ ਜਿਹੜੀ ਕਾਰਾਮਦ ਇੰਨਾ ਮਿਹਨਤ ਕੀਤੀ ਉਹ ਜ਼ਾਇਆ ਨਾ ਜਾਵੇ। ਅਤੇ ਮਾਸ਼ਾਅੱਲਾ ਹੁਣ ਵੇਖੋ ਦੁੰਬਿਹਾਰੀ ਕਾਰੇ ਪਲਿਆ ਖਲੋਤਾ, ਠੀਕ ਹੈ ਇਹ ਕਿਤਨੇ ਦਾ ਜਾਨਵਰ ਲਿਆ ਅਤੇ ਪਾਲੀ ਅਲਤਾ? ਨਹੀਂ ਨਹੀਂ ਬੱਚਾ ਕਿਤਨੇ ਦਾ ਲਿਆਂਦਾ ਹੈ? ਤਿੰਨਾਂ ਮਹੀਨਿਆਂ ਦਾ 50,000 ਦਾ ਬੱਚਾ ਲਿਆਂਦਾ, ਠੀਕ ਹੈ ਇਹਨੂੰ ਪਾਲਿਆ ਤੁਸੀਂ, ਇਹ ਹੁਣ ਤੁਹਾਡੇ ਕੋਲ ਕਿਤਨਾ ਅਰਸਾ ਹੋ ਗਿਆ? ਦੋ ਸਾਲ ਹੋ ਗਏ ਨੇ, ਠੀਕ ਹੈ ਅਤੇ ਹੁਣ ਦਿਲ ਇੰਝ ਕਰਦਾ ਵੀ ਇਹਦੇ ਤੋਂ ਹੁਣ ਕੈਮਰਾ ਨਾ ਹਟਾਈਏ। ਮੈਂ ਤਾਂ ਪਹਿਲੀ ਦਫ਼ਾ ਨਾ ਆਪਣੀ ਅੱਖਾਂ ਨਾਲ, ਲੇਕਿਨ ਜਾਨਵਰ ਉਹ ਸਣ ਇਹਦੇ ਤੋਂ ਵੀ ਚੰਗੇ, ਲੇਕਿਨ ਮੈਂ ਆਪਣੇ ਚੱਕ 'ਤੇ ਅਤਰ ਜਾਂ ਆਪਣੀ ਅੱਖਾਂ ਦੇ ਨਾਲ ਮਾਸ਼ਾਅੱਲਾ ਪਹਿਲੀ ਦਫ਼ਾ ਇਤਨਾ ਪਲਿਆ ਬੱਕਰਾ ਦੇਖਿਆ, ਠੀਕ ਹੈ ਅਤੇ ਤੁਹਾਨੂੰ ਵੀ ਵਿਖਾ ਰਿਹਾ। ਇਹ ਇਹਨਾਂ ਦਾ ਨੰਬਰ ਹੈ, ਜੇ ਇਸ ਬਰਾ ਸ਼ੌਂਕ ਦਾ ਕੋਈ ਲੈਣਾ ਹੋਵੇ ਬੱਕਰਾ ਇਹਨਾਂ ਕੁਰਬਾਨੀ 'ਤੇ ਫਰੋਖਤ ਕਰਨਾ ਹੈ ਤਿੰਨ ਦਿਨਾਂ ਦੇ ਰਾਬਤਾ ਕਰ ਸਕਦੇ ਨੇ ਅਤੇ ਤੁਹਾਡੇ ਸਾਹਮਣੇ ਆ ਤੁਹਾਨੂੰ ਵਿਖਾ ਰਹੇ ਹਾਂ ਆਪਣਾ ਮਾਲ ਅਤੇ ਮਾਸ਼ਾਅੱਲਾ ਕਿਸ ਤਰ੍ਹਾਂ ਦਾ ਇਹ ਤੁਸੀਂ ਵੀ ਖੁਦ ਵੇਖ ਰਹੇ। ਫਿਰ ਹੁਣ ਇਨਸਾਨ ਦੀ ਕੀਮਤ ਤਾਂ ਹੁੰਦੀ ਹੈ ਨਾ ਮਾਲ ਦੀ, ਠੀਕ ਹੈ ਠੀਕ ਹੈ ਅਤੇ ਮਾਸ਼ਾਅੱਲਾ ਵੇਖੋ ਬੈਸ ਆਹ ਬਾਕੀ ਤਾਂ ਬਾਈ ਹੋਰਾਂ ਦੇ ਜਾਨਵਰ ਨੇ, ਠੀਕ ਹੈ।